अस्सलाम वालेकुम व्यूअर्स, उम्मीद कर रहा हूँ सारे ठीक ठाक हो गए। टाइटल तुम देख लिया होएगा, टाइम आप बिल्कुल ज़ाया नहीं करना। अज की वीडियो बड़ी ज़्यादा इंट्रस्टिंग है, तो फरमायश सी साढ़े नदीम साहब जी, क्योंकि नदीम साहब बड़े शौकीन ने, बड़े ज़्यादा इंट्रस्ट है कबड्डी वेखन दे विच, ते खास तौर पर नदीम साहब के अर्श चोला साहब बड़े फेवरेट कबड्डी के मने तने। बिल्कुल जी, मेरे बड़े फेवरेट है, बड़े ज़्यादा फेवरेट है। असी आए भी असी पिंड विच है, ते अज आपां वीडियो देखांगे। ते अच्छा, पहले आपां वीडियो देखने ते उस तों बाद आपां रिएक्ट करने हैं। वट्सअप आउंदे आ, इंस्टाग्राम आउंदे आ, फेसबुक आउंदे आ। फेसबुक ते जिते मेरे पेज नूं लाइक करो। सो आओ वीडियो स्टार्ट करिए, गो। लाजमी देखो, बड़ी बड़ी इंटरेस्टिंग वीडियो है। अरश चोला आज स्वाद आ रहा है, मेनू लगता भी 365 पहली कबड्डी लोगों ने जाम कर देनी है। आज पता लगता भी कैमरे चल रही है। ओए हो जगह नहीं रे, इस वेले मैदान दे विच अरश चोले वाला मेरे वीर चोला साहब दी धरती पवित्र है, ते दूजे पासे रंधावे मसंदे वाला। ओए 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 दूसरी दूसरे पासे चलान कट दिता है, पहला आख्या सीगा ना। नहीं फड़िया गया, मजा आ गया। कैरों के बीच रौनक लगी है, कैरों की प्रबंधक कमेटी दस्या भी कि कप कराई दस्या भी कि कप कराई लो देखो मेरा मित्र रेट लै गए हैं।
ਚੁਬੇਰਾ ਮੁਕਾਬਲਾ ਪੈ ਗਿਆ ਵੀ 25000 ਦੇ ਟੁੱਟ ਜੱਫੇ ਇਹ ਦੋਵੇਂ ਤਗੜੇ ਆ ਅੱਜ ਦੀ ਵੀਡੀਓ ਮੈਂ ਕਹਿੰਦਾ ਕਿ ਨਦੀਮ ਸਾਹਿਬ ਦੱਸੋ ਜ਼ਰਾ ਬਹੁਤ ਯਾਰ ਮਜ਼ਾ ਆਇਆ ਮੈਂ ਕਹਿੰਦਾ ਕਿ ਮਜ਼ਾ ਆ ਗਿਆ ਇੱਕ ਦਫ਼ਾ ਬਹੁਤ ਸਵਾਦ ਆਇਆ ਅਰਸ਼ ਚੋਲਾ ਇਹਨੂੰ ਕਿਹੜਾ ਬੰਦਾ ਵਾ ਜਿਹੜਾ ਨਹੀਂ ਜਾਂਦਾ ਅੱਛਾ ਇਹ ਅਰਸ਼ ਚੋਲਾ ਪਾਕਿਸਤਾਨ ਦੇ ਵਿੱਚ ਵੀ ਆਇਆ ਸੀ ਜਿਹੜਾ ਪਿਛਲੇ ਸਾਲ ਦੇ ਵਿੱਚ ਜਿਹੜਾ ਕਬੱਡੀ ਵਰਲਡ ਕੱਪ ਹੋਇਆ ਵਾ ਅਰਸ਼ ਚੋਲਾ ਵੀ ਪਾਕਿਸਤਾਨ ਵਿੱਚ ਆਇਆ ਸੀ ਅਤੇ ਆਪਾਂ ਮੈਂ ਇਹਨੂੰ ਜਾ ਕੇ ਲਾਈਵ ਵੀ ਦੇਖਿਆ ਸੀਗਾ ਅਤੇ ਲਾਈਵ ਦੇਖਣ ਦੇ ਮਤਲਬ ਕਿ ਇਹ ਇੱਕ ਬੜਾ ਵੱਡਾ ਇੰਟਰਨੈਸ਼ਨਲ ਪਲੇਅਰ ਹੈ ਅਰਸ਼ ਚੋਲੇ ਕੋਲੋਂ ਬਚਣਾ ਅਰਸ਼ ਚੋਲੇ ਜਦੋਂ ਆ ਜਾਵੇ ਤਾਂ ਇਹਦੇ ਕੋਲੋਂ ਬਚਣਾ ਕੋਈ ਛੋਟਾ ਕੰਮ ਨਹੀਂ ਇਹ ਬੰਦਾ ਜਾ ਹੀ ਨਹੀਂ ਸਕਦਾ ਅਤੇ ਮੈਂ ਕਹਿੰਦਾ ਕਿ ਅਰਸ਼ ਚੋਲਾ ਸਾਹਿਬ ਦਾ ਅਸੀਂ ਆਪ ਬੜੇ ਵੱਡੇ ਫੈਨ ਹੈ ਤੇ ਕੀ ਕਹੋਗੇ ਨਦੀਮ ਸਾਹਿਬ ਤੁਸੀਂ ਮੈਂ ਕਹਾਂਗਾ ਕਿ ਉਹਦਾ ਫਿਟ ਚੈੱਕ ਕਰੋ ਉਹਦਾ ਕੱਦ ਚੈੱਕ ਕਰੋ ਮੈਂ ਸ਼ੀ ਜਵਾਨ ਬਿਲਕੁਲ ਜੀ ਬਿਲਕੁਲ ਬਹੁਤ ਮਾਸ਼ਾਅੱਲਾ ਜੀ ਜਵਾਨ ਤਗੜਾ 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 ਹੈ ਖਿਲਾੜੀ ਵੀ ਤਗੜਾ ਖਿਡਾਰੀ ਹੈ ਤੇ ਵੀਡੀਓ ਸਾਨੂੰ ਬੜੀ ਅੱਜ ਦੀ ਅੱਛੀ ਲੱਗੀ ਹੈ ਤੇ ਸਾਡੀ ਬੜੀ ਫੇਵਰੇਟ ਵੀਡੀਓ ਸੀਗੀ ਤੇ ਨਦੀਮ ਸਾਹਿਬ ਦੀ ਫਰਮਾਇਸ਼ ਸੀ ਬਿਲਕੁਲ ਜੀ ਮੇਰੀ ਫਰਮਾਇਸ਼ ਸੀ ਮੈਨੂੰ ਕਬੱਡੀ ਬਹੁਤ ਜ਼ਿਆਦਾ ਪਸੰਦ ਹੈ ਕਬੱਡੀ ਇੱਕ ਪਾਕਿਸਤਾਨੀ ਪੰਜਾਬ ਦੀ ਜਿਹੜੀ ਮਾਂ ਬੋਲੀ ਜਿਹਨੂੰ ਕਹਿੰਦੇ ਆ ਕਬੱਡੀ ਜਿਹੜੀ ਖੇਲ ਨਾ ਸਭ ਤੋਂ ਜਿਹੜੀ ਅਹਿਮ ਹੈ ਉਹ ਕਬੱਡੀ ਹੈ ਅਤੇ ਇਹ ਇੱਕ ਨਦੀਮ ਸਾਹਿਬ ਦੀ ਫਰਮਾਇਸ਼ ਸੀਗੀ ਇਹਨਾਂ ਨੇ ਕਿਹਾ ਸੀਗਾ ਤੁਸੀਂ ਇਸ ਵੀਡੀਓ ਦੇ ਉੱਤੇ ਵੀ ਰਿਐਕਟ ਕਰੋ ਇਹ ਇਹਨਾਂ ਦੇ ਫੇਵਰੇਟ ਸੀ ਅਰਸ਼ ਚੋਲਾ ਇਹਨਾਂ ਦੇ ਫੇਵਰੇਟ ਸੀਗੇ ਅਤੇ ਤੁਸੀਂ ਵੀ ਕੋਈ ਆਪਣੀ ਫਰਮਾਇਸ਼ ਸਾਨੂੰ ਸੈਂਡ ਕਰੋ ਥੱਲੇ ਕਮੈਂਟ ਬੋਕਸ ਵਿੱਚ ਤੁਸੀਂ ਉਹਦਾ ਲਿੰਕ ਸੈਂਡ ਕਰੋ ਅਤੇ ਸੋ ਵੀਰਸ ਇਹ ਸੀ ਅੱਜ ਦੀ ਵੀਡੀਓ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਾਸਤੇ ਜਾਵਾ ਚਾਹੁੰਦੇ ਹਾਂ ਅੱਲਾਹ ਹਾਫਿਜ਼।